ਮਨੁੱਖੀ ਜੀਵਨ ਦੀਆਂ ਦੋ ਅਵਸਥਾਵਾਂ ਨੇ, ਉਹਨਾਂ ਵਿੱਚ ਇੱਕ ਸ਼ਬਦ ਵਰਤਿਆ ਜਾਂਦਾ ਹੈ ਗਿਆਨ, ਦੂਸਰਾ ਸ਼ਬਦ ਹੈ ਅਗਿਆਨ। ਅਤੇ ਇਸ ਜ਼ਮੀਨ 'ਤੇ ਆਪਣੀ ਆਪਣੀ ਸਮਝ ਅਨੁਸਾਰ ਹਰ ਇੱਕ ਨੇ ਇਹਨਾਂ ਦੋਵਾਂ ਸ਼ਬਦਾਂ ਦੇ ਅਰਥ ਕੀਤੇ ਨੇ। ਆਮ ਤੌਰ 'ਤੇ ਜਦੋਂ ਜਿਸ ਸ਼੍ਰੇਣੀ ਵਿੱਚ ਅਸੀਂ ਤੁਰਨੇ ਹਾਂ, ਭਾਈ ਸਾਹਿਬ ਨੇ ਹੁਣੇ ਕਥਾ ਕੀਤੀ, ਅਤੇ ਜਦੋਂ ਅਸੀਂ ਚਾਰ ਕੁ ਅੱਖਰ ਜੋੜ ਕੇ ਬੋਲਦੇ ਹਾਂ ਅਤੇ ਸਾਡੇ ਨਾਂ ਦੇ ਨਾਲ ਇੱਕ ਸ਼ਬਦ ਲੱਗ ਜਾਂਦਾ ਹੈ ਗਿਆਨੀ, ਅਤੇ ਜੇ ਸਾਨੂੰ ਚਾਰ ਅੱਖਰ ਅੱਗੇ ਪਿੱਛੇ ਗਲਤ ਹੋ ਜਾਣ ਤਾਂ ਕਹਿ ਦਿੰਦੇ ਨੇ ਅਗਿਆਨੀ। ਪਰ ਜੇ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛੀਏ, ਉਹ ਕਹਿੰਦੇ ਠੀਕ ਹੈ, ਇਹ ਵੀ ਕੰਮ ਚੰਗਾ, ਠੀਕ ਬੋਲਣਾ ਚਾਹੀਦਾ ਹੈ। ਪਰ ਗਿਆਨ ਅੱਖਰਾਂ ਦੀਆਂ ਕੰਧਾਂ ਵਿੱਚ ਬੰਦ ਨਹੀਂ ਹੈ, ਉਹ ਮਨੁੱਖ ਦੀ ਆਤਮਾ ਦੀ ਜਿੰਦ ਹੈ ਅਤੇ ਉਹਦੇ ਉੱਤੇ ਮਨੁੱਖ ਦੇ ਅਹੰਕਾਰ ਦਾ ਪਰਦਾ ਪੈ ਚੁੱਕਾ ਹੈ। ਜਿਉਂ ਜਿਉਂ ਗੁਰੂ ਦੀ ਬਖਸ਼ਿਸ਼ ਨਾਲ ਉਹ ਪਰਦਾ ਉੱਠਦਾ ਹੈ ਅਤੇ ਕਦੀ ਕਬੀਰ ਕਾਂਸ਼ੀ ਵਿੱਚ ਖਲੋ ਕੇ ਉਹਨਾਂ ਗਿਆਨੀਆਂ ਨੂੰ ਵੰਗਾਰਦਾ, ਉਹਨਾਂ ਪੰਡਿਤਾਂ ਨੂੰ ਵੰਗਾਰਦਾ ਜਿਹੜੇ ਅੱਖਰਾਂ ਦੇ ਹੇਰ ਫੇਰ ਵਿੱਚ ਪਾ ਕੇ ਮਨੁੱਖੀ ਦਿਮਾਗ ਨੂੰ ਕਈ ਟੁਕੜਿਆਂ ਵਿੱਚ ਕਰਦੇ ਨੇ। ਖਿਆਲ ਰੱਖਣਾ, ਕਿਸੇ ਦੇ ਸਰੀਰ ਦਾ ਕਤਲ ਇੱਕ ਜੁਰਮ ਹੈ, ਅਪਰਾਧ ਹੈ। ਕੋਈ ਮਨੁੱਖ ਕਿਸੇ ਦੇ ਸਰੀਰ ਦਾ ਕਤਲ ਕਰਦਾ ਹੈ, ਅਸੀਂ ਕਹਿੰਦੇ ਹਾਂ ਕਤਲ ਹੋ ਗਿਆ, ਰਿਪੋਰਟ ਦਿਓ, ਪੁਲਿਸ ਆਉਂਦੀ ਹੈ, ਮੁਕੱਦਮਾ ਚੱਲਦਾ ਹੈ, ਉੱਥੇ ਧਾਰਾ ਲੱਗਦੀ ਹੈ ਅਤੇ ਉਹਨੂੰ ਸਜ਼ਾ ਹੁੰਦੀ, ਉਮਰ ਕੈਦ, 20 ਸਾਲ ਦੀ, ਕਿਸੇ ਨੂੰ ਕੁਝ। ਸਤਿਗੁਰੂ ਕਹਿੰਦੇ ਇਹ ਤਾਂ ਅਪਰਾਧੀ ਫੜਿਆ ਗਿਆ, ਇਹ ਤਾਂ ਪਕੜ ਵਿੱਚ ਆ ਗਿਆ ਜਿਹਨੇ ਬੰਦੇ ਦੇ ਸਰੀਰ ਦੇ ਟੁਕੜੇ ਕੀਤੇ ਨੇ। ਇਸ ਬੰਦੇ ਨੂੰ ਕੌਣ ਫੜੇਗਾ ਜਿਹਨੇ ਬੰਦੇ ਦੇ ਮਨ ਦੇ ਟੁਕੜੇ ਕਰ ਦਿੱਤੇ ਨੇ, ਇਹਨੂੰ ਕੌਣ ਫੜੇਗਾ? ਜਿਹਨੇ ਮਨੁੱਖੀ ਮਨ ਦੀ ਇੱਕ ਬਹੁਤ ਵੱਡੀ ਮਹਿੰਗੀ ਪੂੰਜੀ ਸ਼ਰਧਾ ਦਾ ਕਤਲ ਕਰ ਦਿੱਤਾ ਹੈ, ਇਹਨੂੰ ਸਜ਼ਾ ਕੌਣ ਦੇਵੇਗਾ? ਜਿਹਨੇ ਪ੍ਰੇਮ ਦਾ ਕਤਲ ਕੀਤਾ ਹੈ, ਕਤਲ ਤਾਂ ਕਰਨਾ ਸੀ ਦੁਬਧਾ ਦਾ, ਕਤਲ ਹੈ ਇਸ ਘਰ ਵਿੱਚ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ, ਹਜ਼ੂਰ ਕਹਿੰਦੇ ਜੋ ਇਸ ਮਾਰੈ ਸੋਈ ਸੂਰਾ, ਜੋ ਇਸ ਮਾਰੈ ਸੋਈ ਪੂਰਾ। ਮਾਰਨਾ ਹੈ ਅਸੀਂ ਕੁਝ, ਸਾਡੇ ਅੰਦਰ ਕੁਝ ਐਸੀਆਂ ਚੀਜ਼ਾਂ ਪੈਦਾ ਹੋ ਗਈਆਂ ਨੇ ਜਿਨ੍ਹਾਂ ਨੂੰ ਮਾਰਨ ਤੋਂ ਬਿਨਾਂ ਅਸੀਂ ਜਿਉਂਦੇ ਨਹੀਂ ਹੋ ਸਕਦੇ।